ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਜਿਸ ਵਿੱਚ ਪੈਰ ਧਰਦਿਆਂ ਹੀ ਮਨ ਅੰਦਰ ਅਨੋਖੀ ਸ਼ਾਂਤੀ ਅਤੇ ਗੁਰਬਾਣੀ ਪ੍ਰਤੀ ਸ਼ਰਧਾ ਆਪ ਮੁਹਾਰੇ ਉਤਪੰਨ ਹੋ ਜਾਂਦੀ ਹੈ। ਇਸ ਪਵਿੱਤਰ ਧਰਤੀ ਨੂੰ ਸੋਹਣੀ ਅਤੇ ਵਿਰਾਸਤੀ ਦਿੱਖ ਦੇਣ ਦੇ ਮਕਸਦ ਨਾਲ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ ਜੋ ਲਗਭਗ ਨੇਪਰੇ ਚੜ ਚੁੱਕੀਆਂ ਹਨ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਲੰਧਰ ਮਾਰਗ ਤੇ ਬਣਾਇਆ ਗਿਆ ਪ੍ਰਵੇਸ਼ ਦੁਆਰ ਸ਼ਹਿਰ ਦੀ ਅਹਿਮੀਅਤ ਦਰਸਾਉਂਦਾ ਹੈ। ਸੁਨਹਿਰੀ ਰੰਗ ਵਿੱਚ ਰੰਗੇ ਗਏ ਇਸ ਪ੍ਰਵੇਸ਼ ਦੁਆਰ ਤੇ ਸੋਹਣੀ ਮੀਨਾਕਾਰੀ ਕੀਤੀ ਗਈ ਹੈ ਜੋ ਦੂਰ ਦੀ ਦਿੱਖ ਨੂੰ ਚਾਰ ਚੰਨ ਲਾਉਂਦੀ ਹੈ। ਰਾਤ ਵੇਲੇ ਇਸ ਉੱਪਰ ਲੱਗੀਆਂ ਰੋਸ਼ਨੀਆਂ ਦੁਆਰ ਨੂੰ ਹੋਰ ਸੋਹਣਾ ਬਣਾ ਦਿੰਦੀਆਂ ਹਨ। ਇਸ ਦੁਆਰ ਤੋਂ ਇਲਾਵਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਤਿੰਨ ਹੋਰ ਮੁੱਖ ਸੜਕਾਂ ਜਿਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਤਰਨ ਤਾਰਨ ਰੋਡ, ਅੰਮ੍ਰਿਤਸਰ ਤੋਂ ਬਟਾਲਾ ਅਤੇ ਅੰਮ੍ਰਿਤਸਰ ਤੋਂ ਅਟਾਰੀ ਰੋਡ ਸ਼ਾਮਲ ਹੈ, ਉੱਪਰ ਵੀ ਸੋਹਣੀ ਦਿੱਖ ਵਾਲੇ ਪ੍ਰਵੇਸ਼ ਦੁਆਰ ਉਸਾਰੇ ਜਾ ਰਹੇ ਹਨ। ਪੰਜਾਬ ਸਰਕਾਰ ਦੇ ਸਲਾਹਕਾਰਯੋਗ ਉੱਦਮ ਦੀ ਤਾਰੀਫ ਕਰਨੀ ਬਣਦੀ ਹੈ।